ਮੇਰਾ ਨਾਮ ਤਰਸੇਮ ਸਿੰਘ ਹੈ, ਮੇਰਾ ਪਿੰਡ ਹੈਗਾ ਨੀਲਾ ਨਲਵਾ ਅਤੇ ਮੈਂ ਸੀਨੀਅਰ ਸੈਕੰਡਰੀ ਸਕੂਲ ਤੋਂ ਰਿਟਾਇਰਡ ਪ੍ਰਿੰਸੀਪਲ ਹੈ। ਆਈਡੀਆ ਇੱਦਾਂ ਆਇਆ ਕਿ ਜਦੋਂ ਅਸੀਂ ਪੇਸੀ ਬਣਾਉਂਦੇ ਸੀ ਨਾ, ਅਤੇ ਉਹਦੇ ਵਿੱਚ ਆਮ ਲੋਕਾਂ ਦੀ ਗੱਲ ਹੁੰਦੀ ਸੀ, ਭੰਨਣੀ ਪੈਂਦੀ ਇਹ ਜੀ, ਕਰਨਾ ਪੈਂਦਾ ਇਹਨੂੰ, ਹੱਥ ਲਿਬੜਦੇ ਆ। ਉਹ ਤੋਂ ਬਾਅਦ ਫਿਰ ਅਸੀਂ ਨਾ ਇੰਚੀ ਬਾਈ ਇੰਚੀ ਦਾ ਜਿਹੜਾ ਕਿਊਬ ਬਣਾਉਣਾ ਸ਼ੁਰੂ ਕੀਤਾ। ਉਹ 'ਚ ਪ੍ਰੋਬਲਮ ਇਹ ਆਉਣ ਲੱਗ ਪਈ ਵੀ ਇਹ ਵੀ ਨਹੀਂ ਟੁੱਟਦਾ, ਲੋਕ ਖਾਂਦੇ ਨਹੀਂ। ਪਹਿਲੇ ਬਜ਼ੁਰਗ ਤਾਂ ਖਾ ਜਾਂਦੇ ਸੀ, ਉਹ ਖਾਂਦੇ ਘੱਟ ਕਹਿੰਦੇ ਖਾ ਹੁੰਦਾ। ਫਿਰ ਅਸੀਂ 1.25 ਇੰਚੀ ਬਾਈ 1/2 ਇੰਚੀ ਦੀ ਬਣਾਈ, ਉਹ ਵੀ ਲੋਕਾਂ ਨੇ ਜਿਹੜਾ ਬਹੁਤਾ ਨਹੀਂ, ਉਹਨੂੰ ਵੀ ਕਹਿੰਦੇ ਜੀ ਇਹ ਵੀ ਤੋੜਨੀ ਪੈਂਦੀ ਆ। ਫਿਰ ਜਿਹੜੀ ਅਸੀਂ ਬਣਾਈ ਹੈਗੀ 1/2 ਇੰਚੀ ਬਾਈ 1/2 ਇੰਚੀ ਦੀ, ਇਹਨੂੰ ਅਸੀਂ ਨਾ ਕੈਂਡੀ ਦਾ ਰੂਪ ਦਿੱਤਾ ਔਰ ਉਹ ਬਣਾਉਂਦੇ ਹਾਂ, ਉਹ ਸਾਡੀ ਧੜਾ ਧੜ ਵਿਕਦੀ ਹੈ। ਅਤੇ ਉਹਦੇ ਨਾਲ ਇੱਦਾਂ ਹੁੰਦਾ ਕਿ ਕੋਈ ਵੀ ਨਿਆਣਾ ਜਾਂ ਸਿਆਣਾ ਜਾਂ ਕੋਈ ਵੀ ਔਰਤ ਜਦੋਂ ਬੈਠੇ ਆ ਰੋਟੀ ਖਾਂਦੇ, ਰੋਟੀ ਤੋਂ ਬਾਅਦ ਇੱਕ ਇੱਕ ਚੱਕ ਕੇ ਖਾ ਲੈਂਦੇ ਆ, ਅਤੇ ਉਹਦੇ ਨਾਲ ਕੋਈ ਹੱਥ ਨਾਲ ਭੰਨਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਉਹ ਸਾਡੀ ਧੜਾ ਧੜ ਵਿਕੀ ਆ। ਉਹ ਤੋਂ ਬਾਅਦ ਫਿਰ ਮੇਰੇ ਇੱਕ ਮਿੱਤਰ ਸੀਗੇ, ਉਹਨਾਂ ਨੇ ਇਹਨੂੰ ਰੈਪ ਕਰਨਾ ਸ਼ੁਰੂ ਕੀਤਾ ਔਰ ਰੈਪ ਕਰਨ ਤੋਂ ਬਾਅਦ ਅਸੀਂ ਇੱਕ ਜਿਹੜੀ ਸੀਗੀ ਉਹਦੀ 2 ਰੁਪਈਏ ਕੀਮਤ ਰੱਖੀ ਔਰ ਉਹ ਅਸੀਂ ਉਨੀ ਪੈਦਾ ਨਹੀਂ ਕਰ ਸਕੇ ਜਿੰਨੀ ਉਹਦੀ ਲਾਗਤ ਸੀ। ਇੱਕ ਸਿੰਧੀ ਸਵੀਟਸ ਚੰਡੀਗੜ੍ਹ ਹੀ ਅਸੀਂ ਕਵਰ ਕਰ ਸਕੇ, ਜਦਕਿ ਏਅਰਲਾਈਨਸ ਵਾਲਿਆਂ ਨਾਲ ਗੱਲ ਚੱਲਦੀ ਸੀਗੀ ਤਾਂ ਫਿਰ ਇੰਨਾ ਅਸੀਂ ਪਹੁੰਚਾ ਨਹੀਂ ਸਕੇ ਉੱਥੇ। ਹੁਣ ਵੀ ਇਹ ਜਿਹੜੀ ਅਸੀਂ ਤਿਆਰ ਕਰਦੇ ਹਾਂ, ਇਹ ਬਾਹਰ ਜਿਹੜੇ ਲੋਕ ਹੈਗੇ ਬੈਠੇ ਇੰਗਲੈਂਡ 'ਚ, ਕੈਨੇਡਾ 'ਚ, ਅਮਰੀਕਾ 'ਚ, ਆਸਟ੍ਰੇਲੀਆ 'ਚ, ਜਿੰਨੇ ਵੀ ਆਉਂਦੇ ਆ ਉਹ ਲੈ ਕੇ ਜਾਂਦੇ ਆ ਔਰ ਖਾਂਦੇ ਆ। ਉਹਦੀ ਸਾਡੀ ਫੀਡਬੈਕ ਇੰਨੀ ਦਿੰਦੇ ਆ ਉਹ ਤਕੜੀ ਕਿ ਤੁਸੀਂ ਹੋਰ ਪੈਦਾ ਕਰੋ। ਹੁਣ ਅਸੀਂ ਇਹ 5-6 ਫਲੇਵਰ ਦੀ ਤਿਆਰ ਕਰਦੇ ਹਾਂ, ਫਲੇਵਰ ਨਾ ਕਹੋ, ਅਸੀਂ ਉਹ ਵਿੱਚ ਸਮਾਨ ਪਾਉਂਦੇ ਹੀ ਹਾਂ। ਠੀਕ ਹੈ ਜੀ, ਕੀ ਸਮਾਨ ਪਾਉਂਦੇ ਆ? ਸਮਾਨ ਜਿੱਦਾਂ ਹੁਣ ਆਮਲੇ ਵਾਲੀ ਤਿਆਰ ਕਰਦੇ ਹਾਂ, ਆਮਲਾ ਪਾਊਡਰ ਵਿੱਚ ਉਹਦੇ ਪਾਉਂਦੇ ਹਾਂ। ਸੌਂਫ ਵਾਲੀ ਤਿਆਰ ਕਰਦੇ ਹਾਂ, ਸੌਂਫ ਪਾਉਂਦੇ ਹਾਂ। ਮਰਿੰਗੇ ਦੀ ਤਿਆਰ ਕਰਦੀ, ਅਸੀਂ ਉਹਦੇ 'ਚ ਮਰਿੰਗਾ ਪੀਸ ਕੇ ਪਾਉਂਦੇ ਹਾਂ। ਅਦਰਕ ਦੀ, ਅਦਰਕ ਦਾ ਪਾਊਡਰ ਪਾਉਂਦੇ ਅਸੀਂ ਵਿੱਚ ਉਹਦੇ। ਹੁਣ ਅਸੀਂ ਸੋਚਦੇ ਸੀ ਵੀ ਮਹਿੰਗੀ ਤਾਂ ਪੈਣੀ ਆ, ਪਰ ਲੋਕਾਂ ਨੇ ਪਸੰਦ ਬਹੁਤ ਕੀਤੀ। ਉਹ ਹਰੀ ਇਲਾਚੀ ਜਿਹੜੀ ਅਸੀਂ ਪਾ ਕੇ ਤਿਆਰ ਕਰਦੇ ਹਾਂ, ਅੱਜ ਮੈਂ ਤੁਹਾਨੂੰ ਖਿਲਾਊਂਗਾ ਵੀ ਥੋੜ੍ਹੀ ਜਿਹੀ ਅਸੀਂ ਤਿਆਰ ਕੀਤੀ ਵੀ ਹੈ, ਅਤੇ ਉਹਦਾ ਟੇਸਟ ਬਿਲਕੁਲ ਅਲੱਗ ਆ। ਅਤੇ ਜੇ ਆਪਾਂ ਉਹਨੂੰ ਇੱਕ ਨੂੰ ਇੱਕ ਕੱਪ 'ਚ ਪਾ ਲਈਏ ਨਾ, ਤਾਂ ਉਹ ਇਲਾਚੀ ਵਾਲੀ ਚਾਹ ਬਣ ਜਾਂਦੀ ਹੈ, ਬਹੁਤ ਵਧੀਆ ਬਣਦੀ ਹੈ। ਤਰਸੇਮ ਸਿੰਘ ਜੀ, ਇਸ ਤੋਂ ਇਲਾਵਾ ਤੁਸੀਂ ਔਰਗੈਨਿਕ ਖੇਤੀ ਵੀ ਕਰਦੇ ਹੋ, ਕਿਸ ਕਿਸ ਚੀਜ਼ ਦੀ ਕਰਦੇ ਆ ਅਤੇ ਕਦੋਂ ਤੋਂ ਇਹ ਵੀ ਕਰਦੇ? ਜਿਹੜੀ ਔਰਗੈਨਿਕ ਖੇਤੀ ਆ ਜੀ, ਮੈਂ ਉਹ 8 ਤੋਂ ਕੀਤੀ ਆ ਰਿਟਾਇਰ ਹੋ ਕੇ ਸ਼ੁਰੂ, ਅਤੇ 1 ਸਤੰਬਰ ਨੂੰ ਮੈਂ ਜਿੰਨੇ ਵੀ ਕੈਮੀਕਲ ਸੀਗੇ ਉਹ ਚੱਕ ਕੇ ਸਾਰੇ ਬਾਹਰ ਸੁੱਟ ਦਿੱਤੇ ਸੀਗੇ। ਅਤੇ ਵੈਸੇ ਉੱਦਾਂ ਪਹਿਲਾਂ ਮੇਰਾ ਵਿਰੋਧ ਵੀ ਹੋਇਆ, ਘਰਦਿਆਂ ਨੇ ਵੀ ਕੀਤਾ, ਪਰ ਹੌਲੀ ਹੌਲੀ ਘਰਦੇ ਕੋਈ ਫੈਮਿਲੀ ਜੋ ਮੈਨੂੰ ਵੱਡਾ ਹੋਣ ਦੇ ਨਾਤੇ ਜੁਆਇੰਟ ਫੈਮਿਲੀ ਵਿੱਚ, ਅਤੇ ਬਹੁਤਾ ਜੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਇਹਦੇ 'ਚ ਸਾਨੂੰ ਘਾਟਾ ਵੀ ਪਵੇ ਪਰ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ, ਅਤੇ ਇਸ ਕਰਕੇ ਮੈਂ 7 ਸਤੰਬਰ ਤੋਂ ਸ਼ੁਰੂ ਕਰਤੀ ਸੀ। 7 ਸਤੰਬਰ 8 ਤੋਂ ਮੈਂ ਕਰ ਰਿਹਾ। ਇੱਕ ਮੈਂ ਗਲਤੀ ਕੀਤੀ ਹੈ, 17 ਏਕੜ ਸਾਡੀ ਜ਼ਮੀਨ ਆ, 16-17 ਤੋਂ ਵੱਧ ਘੱਟ ਹੋਊਗਾ, ਮਰਲਾ 2 ਮਰਲੇ ਅਸੀਂ ਸਾਰੀ 'ਚ ਸ਼ੁਰੂ ਕਰਤੀ। ਉਹਦੇ ਨਾਲ ਪਹਿਲਾਂ ਸਾਡੇ ਝਾੜ ਬਹੁਤ ਘਟੇ, ਬਹੁਤ ਮਤਲਬ ਘਾਟੇ 'ਚ ਗਏ ਸੀ, ਪਰ ਫਿਰ ਘਰਦਿਆਂ ਨੇ, ਮੇਰਾ ਭਰਾ ਆ ਛੋਟਾ, ਉਹ ਬਾਹਰ ਡੁਬਈ ਸੀਗਾ, ਮੇਰੀ ਮਿਸਿਜ, ਮੇਰੀ ਭਰਜਾਈ ਅਤੇ ਮੇਰੇ ਬੱਚਿਆਂ ਨੇ ਮੇਰਾ ਪੂਰਾ ਸਾਥ ਦਿੱਤਾ, ਅਤੇ ਅਸੀਂ ਹੁਣ ਇੱਕ, ਮੈਂ ਆਪਣੇ ਆਪ ਨੂੰ ਹੁਣ ਆ ਕੇ ਕਾਮਯਾਬ ਸਮਝਦਾ, ਫਿਰ ਕਾਮਯਾਬ ਹੈਗਾ ਮੈਂ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਦੇਖੋ ਅਸੀਂ ਇੰਨੇ ਜ਼ਹਿਰ ਪਾ ਤੇ ਜ਼ਮੀਨਾਂ ਦੇ ਵਿੱਚ, ਆਪਣਾ ਪਾਣੀ ਵੀ ਖਰਾਬ ਕਰ ਲਿਆ ਆ, ਪੈਸਟੀਸਾਈਡ ਨਾਲ ਅਸੀਂ ਆਪਣੀ ਹਵਾ ਜਿਹੜੀ ਪ੍ਰਦੂਸ਼ਿਤ ਕਰ ਲਈ ਹੈ, ਧਰਤੀ ਦੀ ਹਿੱਕ 'ਤੇ ਪਾ ਪਾ ਕੇ ਯੂਰੀਆ ਅਤੇ ਕੈਮੀਕਲ ਅਸੀਂ ਧਰਤੀ ਵੀ ਆਪਣੀ ਸਾਰੀ ਖਰਾਬ ਕਰ ਲਈ ਹੈ, ਜਿਹਦੇ ਨਾਲ ਅਸੀਂ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਸਹੇੜ ਲਈਆਂ। ਅੱਜ ਤੋਂ ਪਿੱਛੇ ਤੁਸੀਂ ਦੇਖੋ, 70-80 ਸਾਲ ਪਹਿਲਾਂ ਜਾਂ 60 ਸਾਲ ਪਹਿਲਾਂ ਦੇਖੋਗੇ ਤਾਂ ਲੋਕਾਂ ਦੀ ਸਿਹਤ ਚੰਗੀ ਹੁੰਦੀ ਸੀ, ਕੱਦ ਬੜੇ ਸੀ, ਸਿਹਤਾਂ ਠੀਕ ਸੀ, ਅਤੇ ਹੁਣ ਗਾਹਾਂ 'ਤੇ ਗਾਹਾਂ ਮੈਂ ਹੈਰਾਨ ਹੋਇਆ ਇੱਕ ਦਿਨ ਪੜ੍ਹ ਕੇ ਵੀ ਆਇਆ ਸੀਗਾ 6-7 ਸਾਲ ਦੇ ਬੱਚਿਆਂ ਨੂੰ ਸ਼ੂਗਰ ਆ ਰਹੀ ਹੈ। ਇਹ ਜਿਹੜੀਆਂ ਬਿਮਾਰੀਆਂ ਆ ਜਿੰਨੀਆਂ ਕੁ ਆ ਰਹੀਆਂ ਆ, ਇਹਨਾਂ ਨੂੰ ਅਸੀਂ ਤਾਂ ਹੀ ਰੋਕ ਸਕਦੇ ਹਾਂ, ਅਸੀਂ ਇਹਨਾਂ ਡਾਕਟਰਾਂ ਤੋਂ ਤਾਂ ਹੀ ਬਚ ਸਕਦੇ ਹਾਂ ਜੇ ਆਪਾਂ ਇਹ ਜਿਹੜੀ ਕੁਦਰਤੀ ਖੇਤੀ ਅਪਣਾਵਾਂਗੇ, ਜ਼ਹਿਰ ਮੁਕਤ ਖੇਤੀ ਜਿਹਨੂੰ ਕਹਿੰਦੇ ਆ, ਕੈਮੀਕਲ ਫਰੀ ਖੇਤੀ ਕਹਿੰਦੇ, ਪੈਸਟੀਸਾਈਡ, ਬੀਟੀਸਾਈਡ, ਹਰਬੀਸਾਈਡ ਫਰੀ ਖੇਤੀ ਹੈ, ਉਹ ਕਰਾਂਗੇ ਤਾਂ ਫਿਰ ਅਸੀਂ ਇਹਨਾਂ ਤੋਂ ਰੋਕ ਪਾ ਸਕਾਂਗੇ। ਮੈਂ ਕਿਸਾਨ ਭਰਾਵਾਂ ਨੂੰ ਇਹ ਕਹਿੰਦਾ ਜ਼ਰੂਰ ਕਿ ਤੁਸੀਂ ਜੇ ਸਾਰਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ, ਜੇ ਕਿਸੇ ਮੇਰੇ ਭਰਾ ਕੋਲ 4 ਕਿੱਲੇ ਜ਼ਮੀਨ ਆ ਅਤੇ 1 ਖੇਤ ਜ਼ਰੂਰ ਰੱਖੇ, ਜਿਹਦੇ ਕੋਲ 2 ਕਿੱਲੇ ਉਹ 4 ਕਨਾਲਾ ਜ਼ਰੂਰ ਰੱਖੇ, ਘੱਟੋ ਘੱਟ ਆਪਣੀ ਰਸੋਈ 'ਚ ਜਿਹੜੀ ਸਬਜ਼ੀ ਅਤੇ ਦਾਲਾਂ ਆਉਂਦੀਆਂ ਨਾ
ਉਹਨਾਂ ਨੂੰ ਉਹ ਜ਼ਰੂਰ ਜ਼ਹਿਰ ਮੁਕਤ ਕਰ ਲਵੇ ਤਾਂ ਕਿ ਆਪਾਂ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਨਸਲਾਂ ਹੈਗੀਆਂ ਜਨਰੇਸ਼ਨਸ ਹੈਗੀਆਂ ਉਹਨਾਂ ਨੂੰ ਇਹ ਪੈੜਾਂ ਛੱਡ ਕੇ ਜਾਈਏ ਵੀ ਸਾਡੇ ਪੁਰਖਿਆਂ ਨੇ ਕੁਛ ਤਾਂ ਖਰਾ ਕੀਤਾ ਸੀ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਸਾਨੂੰ ਗਾਲਾਂ ਕੱਢਣਗੀਆਂ ਜ਼ਰੂਰ ਕਹਿਣਗੀਆਂ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੀਤਾ ਇਹ ਅਤੇ ਇਸ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਣੇ ਲਈ ਘੱਟੋ ਘੱਟ ਜ਼ਰੂਰ ਕਰੋ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ ਜੀ ਉਦੋਂ ਵੀ ਇਹ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਸੀਗੇ ਵੀ ਤੁਸੀਂ ਜਿਹੜੀ ਜ਼ਹਿਰ ਖਾਂਦੇ ਆ ਜ਼ਹਿਰ ਨਾਲੋਂ ਤੁਸੀਂ ਔਰਗੈਨਿਕ ਆਪਣੇ ਘਰ ਜੋਗੀ ਬਣਾਓ ਦਾਲ ਸਬਜ਼ੀ ਬੀਜੋ ਹੁਣ ਰਿਟਾਇਰ ਹੋ ਕੇ ਨਹੀਂ ਆਪਣਾ ਉਪਰਾਲਾ ਕਰ ਲਿਆ ਲੋਕਾਂ ਨੂੰ ਸੇਧ ਦੇ ਰਹੇ ਆ ਚੰਗੀ ਚੀਜ਼ ਦੇ ਰਹੇ ਵਧੀਆ ਚੀਜ਼ ਦੇ ਰਹੇ ਅਸੀਂ ਵੀ ਕਾਫੀ ਟਾਈਮ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ ਇਹਨਾਂ ਦੀ ਟੋਫੀ ਬੜੀ ਮਸ਼ਹੂਰ ਹੋਈ ਹੈ ਹਾਂਜੀ ਬਹੁਤ ਸੋਹਣੀ ਕਹਿਣਾ ਚਾਹੁੰਦੇ ਹੋ ਤੇ ਉਸ ਗੱਲ ਤੇ ਟੋਫੀ ਤਾਂ ਬਹੁਤ ਸੋਹਣੀ ਹੈ ਗੁੜ ਵੀ ਬਹੁਤ ਵਧੀਆ ਇਹਨਾਂ ਦਾ ਠੀਕ ਹੈ ਜੀ ਤੇ ਸਬਜ਼ੀਆਂ ਵਗੈਰਾ ਔਰਗੈਨਿਕ ਬੀਜ ਬਹੁਤ ਵਧੀਆ ਸੋਹਣੀਆਂ ਹਾਂਜੀ ਕੀ ਕਹਿਣਾ ਚਾਹੁੰਦੇ ਨੇ ਆਮ ਕਿਸਾਨ ਆ ਹੋਰ ਨਾਲ ਦੇਖਦੇ ਤੁਹਾਨੂੰ ਨਹੀਂ ਬਹੁਤ ਵਧੀਆ ਸੋਹਣੇ ਸਾਰੇ ਕਹਿੰਦੇ ਵਧੀਆ ਅੱਛਾ ਵਾ ਜਿਹੜੇ ਹੋਰ ਕਿਸਾਨ ਦੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਕਹਾਂਗੇ ਵੀ ਤੁਸੀਂ ਔਰਗੈਨਿਕ ਕਰਨ ਵਾਲੇ ਹੋਵੋ ਬਹੁਤਾ ਨਹੀਂ ਤਾਂ ਆਪਣੇ ਖਾਣ ਯੋਗਾ ਤਾਂ ਜਮਾਓ ਨਾ ਠੀਕ ਹੈ ਨਾ ਜੀ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਆ ਮਨਜੀਤ ਫਰੂਟ ਨਰਸਰੀ ਹੈ ਮੇਰੀ ਫਰੂਟ ਨਰਸਰੀ ਹੈ ਗਵਰਨਮੈਂਟ ਕਾਰ ਹੋਤੇ ਹੈ ਦੇਖੇ ਆਪਣੀ ਆਂਖੋਂ ਕੇ ਸਾਹਮਨੇ 3 ਘੰਟੇ ਮੇ ਹਰ ਸਮੱਸਿਆ ਕਾ ਹੱਲ ਪਾਓ ਸਾਥ ਇਲਮੋ ਕੇ ਮਾਹਿਰ ਮੌਲਾਨਾ ਇਕਬਾਲ ਖਾਨ ਮੇਰੇ ਕੀਏ ਕੋ ਕੋਈ ਕਾਟ ਨਹੀਂ ਸਕਤਾ ਕਾਟਨੇ ਵਾਲੇ ਕੋ ਮੂੰਹ ਮਾਂਗਾ ਇਨਾਮ ਪਰੇਸ਼ਾਨੀ ਜੈਸੇ ਮਨ ਚਾਹਾ ਪਿਆਰ ਪਤੀ ਪਤਨੀ ਮੇ ਅਨਬਨ ਕਾਲੇ ਜਾਦੂ ਸੇ ਖਾਤਮਾ ਬਿਮਾਰੀ ਮੇ ਦਵਾ ਕਾ ਨਾ ਲਗਨਾ ਵਸ਼ੀਕਰਨ ਕਰਵਾਓ ਲੋਟਰੀ ਨੰਬਰ ਪਾਓ ਧੋਖੇ ਬਾਜ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਨ ਕੋ ਆਪਣੀ ਆਂਖੋਂ ਕੇ ਸਾਹਮਨੇ ਤਰਫਤਾ ਦੇਖੇ ਪ੍ਰੇਮੀ ਪ੍ਰੇਮਿਕਾ ਕੋ ਮਿਲਵਾਨਾ ਹੋ ਸੌਤਨ ਦੁਸ਼ਮਨ ਸੇ ਛੁਟਕਾਰਾ ਵਿਦੇਸ਼ ਯਾਤਰਾ ਮੇ ਰੁਕਾਵਟ ਮਾਤਾ ਪਿਤਾ ਕੋ ਮਨਾਨਾ ਹੋ ਸੰਪਰਕ ਕਰੋ ਮੋਬਾਈਲ ਨੰਬਰ 8968589720 7347557173